जिहड़े किसान पुरानी खेती करदे उन्हां नूं पता है, जिहड़े खास कर नरमे उन्हां नूं पता है कि 1990 साडे कोल इस करके 1990 10-10-15-15 स्प्रे आउण लगे कॉटन ते, जिहदे नाल कि गुलाबी सुंडी अपने आप ही मैनेज हो जांदी सी। ਫੈਮਿਲੀਅਰ ਹੋ ਗਿਆ ਉਹਦਾ ਅਸਰ ਅਡੈਪਟ ਹੋ ਗਿਆ, ਅਡੈਪਟ ਕਰ ਗਿਆ ਇਹਨੂੰ ਬੀਟੀ ਜ਼ਹਿਰ ਨੂੰ। ਹੁਣ ਇਹਨੂੰ ਬੀਟੀ ਜ਼ਹਿਰ ਜਿਹੜੀ ਹੈ ਕੁਛ ਨਹੀਂ ਕਹਿੰਦੀ, ਇਹ ਐਕਚੁਅਲੀ ਦੱਖਣ ਭਾਰਤ ਗੁਜਰਾਤ ਮਹਾਰਾਸ਼ਟਰਾ ਆਪਣਾ ਸੈਂਟਰਲ ਇੰਡੀਆ ਕਰਨਾਟਕਾ ਆਂਧਰਾ ਪ੍ਰਦੇਸ਼ ਤਾਮਿਲਨਾਡੂ 'ਚ ਇਹ 2015-16 'ਚ ਇਹ ਪ੍ਰੋਬਲਮ ਆ ਗਈ ਸੀ। ਅਸੀਂ ਦੇਖਿਆ ਕਿ 2019 ਵਿੱਚ ਜਿਹੜਾ ਅਟੈਕ ਸੀਗਾ ਉਹ ਮਿੱਲਾਂ ਦੇ ਆਸੇ ਪਾਸੇ ਹੀ ਸੀਗਾ। ਆਉਣ ਵਾਲੇ ਸਮੇਂ ਦੇ ਵਿੱਚ ਇਕੱਲਾ ਮਾਨਸਾ ਬਠਿੰਡਾ ਤੱਕ ਨਹੀਂ ਸੀਮਤ ਰਹੂਗਾ, ਜੇ ਇਹਦਾ ਇਲਾਜ ਨਾ ਹੋਇਆ ਤਾਂ ਇਹ ਦੂਰ ਦੂਰ ਤੱਕ ਮਰ। ਬਿਲਕੁਲ ਜੀ, ਮੈਂ ਤੁਹਾਨੂੰ ਦੱਸ ਰਿਹਾ, ਅਸੀਂ ਆਪਣੇ ਕਿਸਾਨਾਂ ਨੂੰ ਬਹੁਤ ਸੁਚੇਤ ਕਰਦੇ ਹਾਂ। ਇਹ ਫਾਰਮਰ ਇਹਨੂੰ ਅੰਡਰਸਟੈਂਡ ਕਰੇ ਕਿ ਇਹਦਾ ਜੀਵਨ ਚੱਕਰ ਕਿੱਦਾਂ ਚੱਲਦਾ। ਇਹਦਾ ਦੋ ਟਾਈਪ ਦਾ ਜੀਵਨ ਚੱਕਰ ਹੈ, ਇੱਕ ਹੈਗਾ ਗਰਮੀ ਰੁੱਤ ਜਦੋਂ ਕਾਟਨ ਦੀ ਫਸਲ ਚੱਲਦੀ ਹੈ ਨਾ, ਉਹਦੇ ਵਿੱਚ ਇਹ ਲਗਭਗ ਮੈਂ ਤੁਹਾਨੂੰ ਦੱਸਿਆ ਨਾ ਅੰਡਾ ਅੰਡੇ ਤੋਂ ਸੁੰਡੀ ਸੁੰਡੀ ਤੋਂ ਪਤੰਗ ਇਹ ਇੱਕ ਮਹੀਨੇ 'ਚ ਕਵਰ ਕਰ ਦਿੰਦੀ ਹੈ, ਇੱਕ ਮਹੀਨੇ 'ਚ ਬਣ ਜੇ ਆਪਾਂ ਛੱਟੀਆਂ ਨੂੰ ਟਾਈਮ ਸਿਰ ਨਸ਼ਟ ਕਰ ਦਈਏ। ਨਸ਼ਟ ਕਦੋਂ ਕਰਨਾ? ਮਤਲਬ ਆਪਾਂ ਅਪ੍ਰੈਲ ਤੱਕ ਜਿਹੜਾ ਖਤਮ ਕਰ ਦਈਏ, ਕਿਉਂਕਿ ਅਪ੍ਰੈਲ ਤੋਂ ਬਾਅਦ ਅਪ੍ਰੈਲ ਮਈ ਤੋਂ ਬਾਅਦ ਜਿਹੜੀ ਹੈ ਨਵੀਂ ਫਸਲ ਆ ਜਾਣੀ ਹੈ। ਜਦੋਂ ਨਵੀਂ ਫਸਲ 'ਤੇ ਫੁੱਲ ਬੋਗੀ ਟਿੰਡੇ ਬਣ ਉਹ ਪਤੰਗੇ ਨੇ ਉੱਥੇ, ਮਤਲਬ ਆਪਾਂ ਸਾਈਕਲ ਨੂੰ ਤੋੜਨਾ ਹੈ। ਸਾਈਕਲ ਨੂੰ ਕਿੱਦਾਂ ਤੋੜਾਂਗੇ? ਛੱਟੀਆਂ ਨੂੰ ਜਿਹੜਾ ਖਤਮ ਕਰ ਦਈਏ। ਜਿਹੜੀ ਨਵੀਂ ਟੈਕਨੋਲੋਜੀ ਜਿਹਨੂੰ ਹੈ ਜਿਹਦੇ ਵਾਸਤੇ ਇਹਨਾਂ ਇੱਕ ਨਵੀਂ ਟੈਕਨੋਲੋਜੀ ਹੈ, ਇਹਨੂੰ ਕਹਿੰਦੇ ਆ ਜੀ ਮੇਟਿੰਗ ਡਿਸਰਪਸ਼ਨ। ਇਹਨਾਂ ਵਿੱਚ ਕੀ ਹੁੰਦਾ ਕਿ ਇਹਨਾਂ ਵਿੱਚ ਜਿਹੜੀ ਨਰ ਅਤੇ ਮਾਦਾ ਦੀ ਭਾਲ ਹੈ ਨਾ ਉਹ ਅੱਖਾਂ ਨਾਲ ਨਹੀਂ ਹੁੰਦੀ, ਕਿਸੇ ਵੀ ਕੀੜਿਆਂ ਵਿੱਚ ਜਿਹੜੀ ਹੈਗੀ ਅਰੋਮਾ ਨਾਲ। ਹੁਣ ਆਪਣਾ ਸਾਇੰਸ ਦੇ ਨਾਲ ਐਡਵਾਂਸਮੈਂਟ ਵਿੱਚ ਇਹ ਜਿਹੜਾ ਫੀਰਾਮੋਨ ਹੈ ਇਹ ਅਸੀਂ ਲੈਬੋਰਟਰੀ 'ਚ ਕੈਮੀਕਲੀ ਸਿੰਥਸਾਈਜ਼ ਹੋ ਰਿਹਾ, ਕੈਮੀਕਲੀ ਬਾਇਓਟੈਕਨੋਲੋਜੀ ਦੇ ਨਾਲ ਇਹਨੂੰ ਲਾਰਜ ਸਕੇਲ 'ਤੇ ਪ੍ਰੋਡਿਊਸ ਕਰ ਰਿਹਾ। ਸੋ ਪੇਸਟ ਨੂੰ ਲਗਾ ਦੇਣਾ ਉੱਥੇ, ਜਦੋਂ ਪੇਸਟ ਉੱਥੇ ਲੱਗ ਗਿਆ ਤਾਂ ਉਹਦੇ ਨਾਲ ਕੀ ਹੋਊਗਾ ਕਿ ਉਹਦੇ 'ਚੋਂ ਮਾਦਾ ਦੀ ਜਿਹੜੀ ਹੈ ਖੁਸ਼ਬੂ ਨਿਕਲੂ। ਉਹ ਤੁਹਾਡਾ ਹੁਣ ਜਿੱਥੇ 400 ਸਪੋਟ 'ਤੇ ਲਾਇਆ ਬੇਸਿਕਲੀ ਜੋ ਨਰ ਆਇਆ ਉਹਨੂੰ ਕਨਫਿਊਜ਼ ਕਰ। ਬਿਲਕੁਲ ਜੀ, ਇਹਨੂੰ ਕਹਿੰਦੇ ਆ ਆਟੋ ਕਨਫਿਊਜ਼ਨ। ਬਟ ਇਹਦਾ ਇੱਕੋ ਹੀ ਗੱਲ ਹੈ ਕਿ ਸਹੀ ਟਾਈਮ 'ਤੇ, ਸਹੀ ਟਾਈਮ ਕੀ ਹੈ ਜਦੋਂ ਹੀ ਕਿਸਾਨ ਨੂੰ ਲੱਗਦਾ ਹੈ ਕਿ ਉਹਦੇ ਖੇਤ 'ਚ ਬੋਗੀ ਬਣਨੀ ਸ਼ੁਰੂ ਹੋ ਗਈ ਇਨੀਸ਼ੀਅਲ, ਮਤਲਬ ਬੋਗੀ ਮੀਨ ਜਿਹੜਾ ਟਿੰਡਾ ਜਿੱਥੇ ਫੁੱਲ ਲੱਗਦਾ ਨਾ ਉਹ ਜਦੋਂ ਸ਼ੁਰੂ ਹੋ ਗਈ ਲੱਗਣੀ ਉਸ ਟਾਈਮ 'ਤੇ ਇਹਦੀ ਐਪਲੀਕੇਸ਼ਨ ਕਰਨੀ ਹੈ। ਦੋਸਤੋ, ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਅਤੇ ਮੈਂ ਸ਼ੈਸ਼ਮ ਨਾਗਰਾ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ। ਇਹ ਵੀਡੀਓ ਉਹਨਾਂ ਕਿਸਾਨਾਂ ਦੇ ਲਈ ਜੋ ਬਠਿੰਡੇ ਮਾਨਸਾ ਏਰੀਏ ਦੇ ਨੇ ਅਤੇ ਨਰਮੇ ਦੀ ਖੇਤੀ ਕਰਦੇ ਨੇ ਉਹਨਾਂ ਦੇ ਲਈ ਖਾਸ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਏਰੀਆ ਦੇ ਵਿੱਚ ਗੁਲਾਬੀ ਸੁੰਡੀ ਕਰਕੇ ਨਰਮੇ ਦੀ ਫਸਲ ਦੇ ਉੱਪਰ ਜਿਹੜੀ ਮਾਰ ਪਈ ਸੀ ਤਾਂ ਉਸ ਨੂੰ ਲੈ ਕੇ ਸਮੇਂ ਸਮੇਂ ਸਿਰ ਜਿਹੜੇ ਵੱਖ ਵੱਖ ਪ੍ਰੋਗਰਾਮ ਹੁੰਦੇ ਰਹੇ ਨੇ, ਅਵੇਅਰਨੈਸ ਜਿਹੜੇ ਕੈਂਪਸ ਲੱਗਦੇ ਰਹੇ ਨੇ, ਜਾਂ ਫਿਰ ਵੱਖ ਵੱਖ ਜਿਹੜੀਆਂ ਤਕਨੀਕਾਂ ਨੇ ਉਹ ਯੂਨੀਵਰਸਿਟੀਜ਼ ਵੱਲੋਂ ਲਿਆਂਦੀਆਂ ਗਈਆਂ ਨੇ, ਪਰ ਕੋਈ ਵੀ ਇਹ ਤਾਂ ਕੋਈ ਖਾਸ ਜਿਹੜਾ ਕਾਰਗਰ ਸਾਬਤ ਨਹੀਂ ਹੋਈ। ਇਸ ਵਕਤ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਸਾਰੇ ਵਿਸ਼ੇ ਨੂੰ ਲੈ ਕੇ PAU ਦੇ ਸੀਨੀਅਰ ਸਾਇੰਟਿਸਟ ਸਤਨਾਮ ਸਿੰਘ ਮੌਜੂਦ ਨੇ। ਡਾਕਟਰ ਸਤਨਾਮ ਸਿੰਘ ਜੀ, ਸਰ ਤੁਹਾਡਾ ਸਵਾਗਤ ਹੈ। ਥੈਂਕ ਯੂ ਸੋ ਮਚ ਜੀ, ਬਹੁਤ ਬਹੁਤ ਧੰਨਵਾਦ। ਪਹਿਲਾਂ ਮੈਂ ਦੱਸਿਓ ਕਿ ਜਿਹੜੀ ਗੁਲਾਬੀ ਸੁੰਡੀ ਦਾ ਸਫ਼ਰ ਕਦੋਂ ਸ਼ੁਰੂ ਹੁੰਦਾ, ਕਦੋਂ ਇਹ ਪਹਿਲੀ ਵਾਰ ਜਿਹੜਾ ਇਸ ਵਜ੍ਹਾ ਦੇ ਇਸ ਸੁੰਡੀ ਕਰਕੇ ਨਰਮੇ ਦੀ ਫਸਲ ਖਰਾਬ ਹੋਈ ਸੀ? ਦੇਖੋ ਜੀ, ਵਰਲਡ ਓਵਰ ਪੂਰੇ ਵਿਸ਼ਵ ਵਿੱਚ ਜਿੱਥੇ ਜਿੱਥੇ ਨਰਮੇ ਦੀ ਫਸਲ ਹੁੰਦੀ ਹੈ ਉੱਥੇ ਲਗਭਗ ਇਹ ਗੁਲਾਬੀ ਸੁੰਡੀ ਜਿਹੜੀ ਹੈਗੀ ਆ ਉਹ ਕੀੜਾ ਹੈ। ਮਤਲਬ ਪੰਜਾਬ ਦੀ ਸਮੱਸਿਆ? ਨਹੀਂ, ਅਸਲ ਕੀੜਾ ਜਿਹੜਾ ਨਾ, ਅਸਲ ਕੀੜਾ ਜਿਹੜਾ ਹੈਗਾ ਉਹ ਨਰਮੇ ਦਾ, ਉਹ ਗੁਲਾਬੀ ਸੁੰਡੀ ਹੈ ਜੀ। ਦੋ ਕੀੜੇ ਨੇ, ਇੱਕ ਹਰਾ ਤੇਲਾ ਜਿਹਨੂੰ ਕਹਿੰਦੇ ਆ, ਇੱਕ ਗੁਲਾਬੀ ਸੁੰਡੀ। ਇਹ ਨਰਮੇ ਦਾ ਪਹਿਲੇ ਤੋਂ ਹੀ, ਕਿਉਂ ਖਾਸ ਕਰ ਮੈਂ ਹਰਾ ਤੇਲਾ ਤਾਂ ਫਿਰ ਵੀ ਭਿੰਡੀ 'ਤੇ ਆ ਜਾਂਦਾ ਹੈ, ਹੋਰ ਵੀ ਦੋ ਚਾਰ ਫਸਲਾਂ 'ਤੇ ਆ ਜਾਂਦਾ, ਹੋਸਟ ਹੋਰ ਫਸਲਾਂ 'ਤੇ ਆ ਜਾਂਦਾ, ਬਟ ਇਹ ਗੁਲਾਬੀ ਸੁੰਡੀ ਜਿਹੜੀ ਆ ਆਪਣਾ ਜੀਵਨ ਚੱਕਰ ਖਾਲੀ 'ਤੇ ਖਾਲੀ ਨਰਮੇ, ਇਹਨੂੰ ਮੋਨੋਫੇਗਸ, ਹੋਰ ਕਿਸੇ ਫਸਲ 'ਤੇ, ਹੋਰ ਕਿਸੇ ਫਸਲ ਨੂੰ ਖਾ ਲੈਂਦੀ ਹੈ, ਥੋੜ੍ਹਾ ਬਹੁਤ ਕਰ ਦਿੰਦੀ ਹੈ, ਬਟ ਉਹਦੇ 'ਤੇ ਆਪਣਾ ਜੀਵਨ ਚੱਕਰ ਨਹੀਂ ਪੂਰਾ ਕਰਦੀ, ਕਿਤੇ ਇੱਕ ਅੱਧੀ ਭਿੰਡੀ ਪੁੰਡੀ 'ਤੇ ਇਹਦੀ ਰਿਪੋਰਟ ਹੈਗੀਆਂ ਨੇ। ਅਤੇ ਇਸ ਕਰਕੇ ਆਹ ਕੀੜਾ ਜਿਹੜਾ ਆਪਣੇ ਕੋਲ ਬਹੁਤ ਪੁਰਾਣਾ ਹੈਗਾ। ਹੁਣ ਗੱਲ ਇਹ ਹੈ ਕਿ ਪਹਿਲਾਂ ਕਿੱਥੇ ਸੀਗਾ, ਤੁਸੀਂ ਤੁਹਾਡਾ ਸਵਾਲ ਇਹੀ ਹੋਣਾ ਕਿ ਪਹਿਲਾਂ ਕਿੱਥੇ ਸੀਗਾ। 1980 ਵਿੱਚ ਇਹਦੀ ਸਾਨੂੰ ਬਹੁਤ ਪ੍ਰੋਬਲਮ ਸੀਗੀ। ਅੱਛਾ, ਜਦੋਂ ਆਪਣੇ ਕੋਲ ਨੋਨ ਬੀਟੀ ਤੋਂ ਰਹਿਤ ਜਿਹੜਾ ਨਰਮਾ ਹੁੰਦਾ ਸੀ, ਉਸ ਟਾਈਮ ਕੀ ਹੋਇਆ ਕਿ ਲੇਟਰ ਆਨ ਜਦੋਂ ਸਾਡੇ ਕੋਲ ਕੁਛ ਮੋਲੀਕਿਊਲਸ, ਕੁਛ ਕੈਮਿਸਟਰੀਆਂ ਅੱਛੀਆਂ ਆ ਗਈਆਂ ਜਿਹਦੇ ਨਾਲ ਕਿ ਇਹਦਾ ਮੈਨੇਜਮੈਂਟ ਬਹੁਤ ਅੱਛੇ ਤਰੀਕੇ ਨਾਲ ਹੋ ਰਿਹਾ ਸੀ। ਬਟ ਉਸ ਤੋਂ ਬਾਅਦ ਕੀ ਹੋਇਆ ਕਿ 1990 ਦੇ ਵਿੱਚ ਜਿਹੜਾ ਹੈ ਅਮਰੀਕਨ ਸੁੰਡੀ ਜਿਹੜੀ ਹੈ ਉਹ ਬਹੁਤ ਵੱਡੀ ਸਮੱਸਿਆ ਬਣ ਗਈ ਪੰਜਾਬ ਵਿੱਚ ਨਰਮੇ 'ਤੇ। ਜਿਹੜੇ ਕਿਸਾਨ ਪੁਰਾਣੀ ਖੇਤੀ ਕਰਦੇ ਆ ਉਹਨਾਂ ਨੂੰ ਪਤਾ ਹੈ, ਜਿਹੜੀ ਖਾਸ ਕਰ ਨਰਮੇ, ਉਹਨਾਂ ਨੂੰ ਪਤਾ ਹੈ ਕਿ 1990 ਸਾਡੇ ਕੋਲ ਇਸ ਕਰਕੇ 1990 10-10-15-15 ਸਪਰੇ ਆਉਣ ਲੱਗੇ ਕਾਟਨ 'ਤੇ, ਜਿਹਦੇ ਨਾਲ ਕਿ ਗੁਲਾਬੀ ਸੁੰਡੀ ਆਪਣੇ ਆਪ ਹੀ ਮੈਨੇਜ ਹੋ ਜਾਂਦੀ ਸੀਗੀ।
1900 to 2003 BT ਜਿਹੜਾ ਹੈ BT ਜ਼ਹਿਰ ਜਿਹੜੀ ਹੈ BT ਕਾਟਨ ਜਿਹਦੇ ਵਿੱਚ BT ਐਕਸਪ੍ਰੈਸ BT ਇੱਕ ਜ਼ਹਿਰ ਹੈ ਜਿਹੜੀ ਗੁਲਾਬੀ ਸੁੰਡੀ ਚਿਤਕਬਰੀ ਸੁੰਡੀ ਅਤੇ ਅਮਰੀਕ ਤਿੰਨ ਸੁੰਡੀਆਂ ਵਾਸਤੇ ਜਿਹੜਾ ਹੈ ਇਹਨੂੰ ਬਣਾਈ ਗਈ ਅਤੇ ਇਹਨੇ ਇਹਦਾ ਬਹੁਤ ਵਧੀਆ ਕੰਟਰੋਲ ਦਿੱਤਾ। ਹੁਣ ਇਹਦੇ 'ਚ ਇਹ ਦੇਖਣ ਵਾਲੀ ਗੱਲ ਸੀਗੀ ਕਿ 2000 ਜਦੋਂ ਆਪਣੇ ਪੰਜ ਵਿੱਚ ਜਿਹੜਾ ਹੈ BT ਨਰਮਾ ਇੱਥੇ ਆਪਣੇ ਹਰਿਆਣਾ ਰਾਜਸਥਾਨ ਅਤੇ ਪੰਜਾਬ ਵਿੱਚ ਪ੍ਰਮਾਣਿਤ ਹੋਇਆ ਕਿ ਇਹ ਕਲਟੀਵੇਟ ਕੀਤਾ ਜਾ ਸਕਦਾ। ਜਦੋਂ ਇਹਦਾ ਅਪਰੂਵਲ ਹੋਇਆ ਉਸ ਤੋਂ ਬਾਅਦ 2005 ਤੋਂ ਬਾਅਦ ਲੈ ਕੇ 2019 ਤੱਕ ਕੋਈ ਵੀ ਸਮੱਸਿਆ ਤੁਸੀਂ ਗੁਲਾਬੀ ਸੁੰਡੀ ਦੀ ਨਹੀਂ ਸੁਣੀ ਹੋਣੀ। ਹੁਣ ਹੋਇਆ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਇਹ ਕੀੜਾ ਹੀ ਨਰਮੇ ਦਾ, ਮਤਲਬ ਇਹਨੂੰ 15-18 ਸਾਲ ਲੱਗ ਗਏ ਆਪਣੇ ਆਪ ਨੂੰ ਇਸ BT ਜ਼ਹਿਰ ਦਾ ਟਾਕਰਾ ਕਰਨ ਵਾਸਤੇ, ਮਤਲਬ ਹੁਣ ਫੈਮਿਲੀਅਰ ਹੋ ਗਿਆ ਉਹਦਾ ਅਸਰ, ਅਡੈਪਟ ਹੋ ਗਿਆ, ਅਡੈਪਟ ਕਰ ਗਿਆ ਇਹਨੂੰ BT ਜ਼ਹਿਰ ਨੂੰ। ਹੁਣ ਇਹਨੂੰ BT ਜ਼ਹਿਰ ਜਿਹੜੀ ਹੈ ਕੁਛ ਨਹੀਂ ਕਹਿੰਦੀ। ਹੁਣ BT ਜ਼ਹਿਰ ਜਿਹੜੀ ਹੈ, BT ਨਰਮਾ ਜਿਹੜਾ ਉਹ ਗੁਲਾਬੀ ਸੁੰਡੀ ਦਾ ਕੰਟਰੋਲ ਸਾਨੂੰ ਨਹੀਂ ਦਿੰਦਾ, ਲੇਕਿਨ ਦੋ ਕੀੜੇ ਜਿਹੜੇ ਹੈਗੇ ਆ ਉਹ ਵੀ ਇੰਪੋਰਟੈਂਟ ਕੀੜੇ ਹੈ, ਚਿਤਕਬਰੀ ਸੁੰਡੀ ਅਤੇ ਆਪਣੀ ਅਮਰੀਕਨ ਸੁੰਡੀ। ਉਹ ਅਜੇ ਵੀ BT ਜ਼ਹਿਰ ਨੂੰ, ਮਤਲਬ ਉਹਦੇ ਨਾਲ ਜਿਹੜਾ ਕੰਟਰੋਲ ਹੋ ਜਾਂਦੇ, ਉਹਨਾਂ ਨੂੰ BT ਨਰਮੇ ਨੂੰ ਉਹਨਾਂ ਨੂੰ ਟਾਕਰਾ ਕਰਨ ਦੀ ਸਮਰੱਥਾ ਅਜੇ ਵੀ ਰੱਖਦਾ ਉਹਨਾਂ, ਕਿਉਂਕਿ ਉਹ ਹੋਰ ਵੀ ਫਸਲਾਂ 'ਤੇ ਖਾਂਦੇ। ਇਹ ਇੱਕੋ ਹੀ ਫਸਲ 'ਤੇ ਸੀਗਾ, ਇਹਨੇ ਆਪਣੀ ਹੋਂਦ ਬਚਾਉਣ ਜਿਹੜੀ ਸੀਗੀ ਉਹਦੇ ਵਾਸਤੇ ਇੰਨਾ ਟਾਈਮ ਜਿਹੜਾ ਹੈ ਇਹਨੂੰ ਲੱਗ ਗਿਆ। ਇਹਨੂੰ ਰੈਜ਼ਿਸਟੈਂਸ, ਜਿਹਨੂੰ ਟੈਕਨੀਕਲ ਭਾਸ਼ਾ 'ਚ ਕਹਿੰਦੇ ਆ ਰੈਜ਼ਿਸਟੈਂਸ, ਸਹਿਨਸ਼ੀਲਤਾ ਜਿਹੜੀ ਹੈ ਉਹ ਇਹਦੇ ਵਿੱਚ ਆ ਗਈ ਹੈ। ਜਿੱਦਾਂ ਆਪਾਂ ਕਹਿੰਦੇ ਕਿ ਬੱਚੇ ਨੂੰ ਨਾ ਐਂਟੀਬਾਇਓਟਿਕ ਜ਼ਿਆਦਾ ਨਾ ਦਿਆ ਕਰੋ ਕਿ ਇਹਨਾਂ ਵਿੱਚ ਰੈਜ਼ਿਸਟੈਂਸ ਆ ਜਾਣੀ ਹੈ, ਜਦੋਂ ਕੱਲ੍ਹ ਕੋਈ ਵੱਡੀ ਪ੍ਰੋਬਲਮ ਆਉਂਦੀ ਹੈ ਅਤੇ ਉਹ ਫਿਰ ਐਂਟੀਬਾਇਓਟਿਕ ਕੰਮ ਨਹੀਂ ਕਰਨ। ਇਹ ਸੇਮ ਇਸ ਤਰ੍ਹਾਂ ਹੀ ਹੈਗਾ, ਇਹ ਵੀ ਇੱਕ ਟਾਈਪ ਦਾ ਜਿਸ ਤਰ੍ਹਾਂ ਉਹਦੀ BT ਜ਼ਹਿਰ ਹੈ। ਹੁਣ ਇਹਨੇ ਉਹਨੂੰ ਅਡੈਪਟ ਕਰਤਾ, 15-18 ਸਾਲ ਲੱਗ ਗਏ, ਠੀਕ ਹੈ। ਹੁਣ ਇਹ ਕਿ ਇਹ ਸਾਡੇ ਸਮੱਸਿਆ ਆਈ ਕਿੱਦਾਂ, ਇਹ ਐਕਚੁਅਲੀ ਦੱਖਣ ਭਾਰਤ, ਗੁਜਰਾਤ, ਮਹਾਰਾਸ਼ਟਰਾ, ਆਪਣਾ ਸੈਂਟਰਲ ਇੰਡੀਆ, ਕਰਨਾਟਕਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ 'ਚ ਇਹ 2015-16 'ਚ ਪ੍ਰੋਬਲਮ ਆ ਗਈ ਸੀ। ਅੱਛਾ, ਉੱਥੇ ਰੈਜ਼ਿਸਟੈਂਸ ਜਿਹੜੀ ਹੈ ਉਹ ਆ ਗਈ ਸੀ, ਫਿਰ ਉੱਥੋਂ ਜਿਹੜੀ ਇੱਧਰ ਆਉਂਦਾ, ਹਾਂ ਉੱਥੋਂ ਜਿਹੜੇ ਵਡੇਵੇਂ ਆਉਂਦੇ ਆ, ਇੱਥੇ ਆਪਣੀ ਆਇਲ ਐਕਸਟ੍ਰੈਕਸ਼ਨ ਮਿਲ ਨੇ ਆਪਣੀਆਂ, ਜਿਹੜੀ ਇੱਥੇ ਪੰਜਾਬ 'ਚ ਲੱਗੀਆਂ ਹੋਈਆਂ ਨੇ ਜਾਂ ਹਰਿਆਣੇ 'ਚ ਲੱਗੀਆਂ ਨੇ, ਉੱਥੋਂ ਐਕਚੁਅਲੀ ਜਿਹੜੀਆਂ ਉੱਥੇ ਜਿਹੜੀ ਨਰਮੇ ਦੀ ਫਸਲ ਉਹ ਬੜੀ ਲੰਬੀ ਹੈ। ਉਹ ਨਰਮੇ ਦੀ ਫਸਲ ਜੁਲਾਈ ਤੋਂ ਲੈ ਕੇ ਈਵਨ ਅਪ੍ਰੈਲ ਤੱਕ ਲੈ ਜਾਂਦੇ ਆ, ਹਾਂ ਦੱਖਣ ਭਾਰਤ 'ਚ ਜਾਂ ਜਿਹੜਾ ਹੈਗਾ ਸੈਂਟਰਲ ਇੰਡੀਆ 'ਚ, ਕਿਉਂਕਿ ਉੱਥੇ ਉਹ ਇੱਕੋ ਫਸਲ ਲੈਂਦੇ ਆ ਨਰਮੇ ਵਾਲੇ, ਨਰਮੇ ਵਾਲੇ ਕਿਸਾਨ ਜਿਹੜੇ ਉਹ ਮੋਸਟਲੀ ਇੱਕੋ ਹੀ ਫਸਲ ਲੈਂਦੇ ਆ, ਇਸ ਕਰਕੇ ਉਹ ਲੰਬਾਈ ਚਿਰ 'ਤੇ ਉਹਦੇ ਤੋਂ ਚੁਗਾਈ ਕਰਦੇ ਰਹਿੰਦੇ ਆ ਅਤੇ ਉਹ ਉਹਨੂੰ ਚਲਾਉਂਦੇ ਰੱਖਦੇ ਆ। ਉੱਥੋਂ ਜਿਹੜੇ ਵਡੇਵੇਂ ਆਉਂਦੇ ਆ ਉਹ ਵਡੇਵਿਆਂ ਦੀ ਕੁਆਲਿਟੀ ਬਹੁਤ ਅੱਛੀ, ਉਹਨਾਂ 'ਚ ਤੇਲ ਜਿਹੜਾ ਬਹੁਤ ਵਧੀਆ ਨਿਕਲਦਾ, ਖਲ ਬਹੁਤ ਵਧੀਆ ਨਿਕਲਦੀ ਹੈ ਜਿਹੜੀ ਡੰਗਰਾਂ ਵਾਸਤੇ। ਉਹ ਆਪਣੇ ਇੱਥੇ ਜਿਹੜੇ ਆਇਲ ਐਕਸਟ੍ਰੈਕਸ਼ਨ ਮਿਲ ਹੈ ਉਹ ਵਡੇਵੇਂ ਇੱਥੇ ਲੈ ਕੇ ਆਉਂਦੇ ਆ। ਅਸੀਂ ਦੇਖਿਆ ਕਿ 2019 ਵਿੱਚ ਜਿਹੜਾ ਅਟੈਕ ਸੀਗਾ ਉਹ ਮਿੱਲਾਂ ਦੇ ਆਸੇ ਪਾਸੇ ਹੀ ਸੀਗਾ। ਉਹ ਮਿੱਲਾਂ 'ਚ ਕੀ ਹੈ ਕਿ ਉਹ ਵਡੇਵਿਆਂ ਵਿੱਚ ਜਦੋਂ ਸੁੰਡੀ ਆ ਗਈ, ਉਹ ਸੁੰਡੀ ਨੇ ਜਿਹੜਾ ਹੈਗਾ ਉੱਥੋਂ ਪਤੰਗਾ ਨਿਕਲਿਆ, ਪਤੰਗੇ ਨੂੰ ਜਦੋਂ ਨਰਮੀ, ਪਤੰਗਾ ਮੀਨਸ ਇਹਦਾ ਜਿਹੜਾ ਅਡਲਟ ਹੈ, ਇਹਦਾ ਅਡਲਟ ਜਿਹੜਾ ਨਾ, ਕਿਉਂਕਿ ਹਰ ਇੱਕ ਸੁੰਡੀ ਦਾ ਜੀਵਨ ਚੱਕਰ ਜਿਹੜਾ ਇੱਦਾਂ ਚੱਲਦਾ ਹੈ, ਅੰਡਾ, ਅੰਡੇ ਤੋਂ ਬਾਅਦ ਸੁੰਡੀ, ਸੁੰਡੀ ਤੋਂ ਬਾਅਦ ਕੋਵਾ, ਕੋਵਾ ਮੀਨਸ ਪਿਊਪਾ, ਪਿਊਪੇਸ਼ਨ ਹੋ ਜਾਂਦੀ ਹੈ, ਟ੍ਰਾਂਸਫਾਰਮੇਸ਼ਨ, ਉਸ ਤੋਂ ਬਾਅਦ ਪਤੰਗਾ। ਜਿੱਦਾਂ ਤੁਸੀਂ ਤਿੱਤਲੀਆਂ ਹੈ ਨਾ, ਤਿੱਤਲੀਆਂ ਵਿੱਚ ਵੀ ਇਸ ਤਰ੍ਹਾਂ ਹੀ ਹੈ, ਅੰਡਾ ਹੈ, ਅੰਡੇ ਤੋਂ ਬਾਅਦ ਸੁੰਡੀ ਹੈ, ਕੈਟਰਪਿਲਰ, ਕੈਟਰਪਿਲਰ ਤੋਂ ਬਾਅਦ ਪਿਊਪਾ ਹੈ, ਪਿਊਪੇ ਤੋਂ ਬਾਅਦ ਜਿਹੜੀ ਹੈ ਉਹਦੇ 'ਚੋਂ ਤਿੱਤਲੀ ਨਿਕਲਦੀ ਹੈ। ਇਸ ਤਰ੍ਹਾਂ ਹੀ ਇਹ ਸੇਮ ਫੈਮਿਲੀ ਦੇ ਜਿਹੜੇ ਹੈਗੇ ਆ ਕੀਟ ਹੈਗੇ ਆ, ਇਹਨਾਂ ਵਿੱਚ ਜੀਵਨ ਚੱਕਰ ਇਸ ਤਰ੍ਹਾਂ ਹੀ ਚੱਲਦਾ ਹੈ। ਅਤੇ ਜਿਹੜਾ ਸੁੰਡੀ ਹੈ ਉਹ ਸੁੰਡੀ ਵਡੇਵੇਂ 'ਚ ਆਉਂਦੀ ਹੈ, ਮਤਲਬ ਜੇ ਵਡੇਵੇਂ ਮੀਨਸ ਜਿਹੜਾ ਬੀਜ ਹੈ, ਦੋ ਬੀਜਾਂ ਵਿੱਚ ਆਪਣੇ ਆਪ ਨੂੰ ਬੰਦ ਕਰ ਦਿੰਦੀ ਹੈ, ਉਹਦੇ 'ਚ ਆਉਂਦੀ ਹੈ। ਜਦੋਂ ਇੱਥੇ ਆਇਆ ਜੂਨ ਦੇ ਮਹੀਨੇ, ਸਮਝੋ ਉੱਥੋਂ ਜਿਹੜੇ ਵਡੇਵੇਂ ਉਹ ਲੈ ਕੇ ਆਏ, ਉਹ ਵਡੇਵੇਂ ਜਦੋਂ ਇੱਥੇ ਆਏ ਉਹਨਾਂ ਵਡੇਵਿਆਂ 'ਚੋਂ ਪਤੰਗਾ ਨਿਕਲਿਆ, ਪਤੰਗਾ ਜਿਹੜਾ ਬਾਹਰ ਜਦੋਂ ਨਿਕਲਿਆ ਉਹ ਆਸੇ ਪਾਸੇ ਘੁੰਮਿਆ, ਜਿੱਥੇ ਉਹ ਜਿੰਨਿੰਗ ਮਿਲ ਜਿਹੜੀਆਂ ਐਕਸਟ੍ਰੈਕਸ਼ਨ ਮਿਲਦੇ ਉਹਨੇ ਆਸ, ਜੀਂਦ ਵਿੱਚ ਵੀ ਅਸੀਂ ਇਹੀ ਦੇਖਿਆ, ਅਤੇ ਆਪਣੇ ਜੋਧਪੁਰ ਰਮਾਣਾ ਪਿੰਡ ਹੈਗਾ ਇੱਥੇ ਆਪਣਾ ਬਠਿੰਡੇ 'ਚ, ਉੱਥੇ ਵੀ ਮਿਲ ਦੇ ਆਸੇ ਪਾਸੇ ਪਹਿਲਾਂ ਅਟੈਕ ਸ਼ੁਰੂ ਹੋਇਆ, ਫਿਰ ਉਸ ਤੋਂ ਬਾਅਦ ਜਦੋਂ ਇੱਕ ਵਾਰੀ ਆ ਗਿਆ ਫਿਰ ਤੁਸੀਂ ਦੇਖੋ ਕਿ ਉਹ ਫੈਲ ਜਾਣਾ, ਉਹਦੇ ਕੰਟਰੋਲ ਨਹੀਂ, ਕਿਉਂਕਿ ਛੱਟੀਆਂ ਇੱਕ ਪਿੰਡ ਤੋਂ ਦੂਜੇ ਪਿੰਡ ਜਾਂਦੀਆਂ ਨੇ, ਕਾਟਨ ਇੱਕ ਪਿੰਡ ਤੋਂ ਦੂਜੇ ਪਿੰਡ ਜਾਂ ਮਿੱਲਾਂ 'ਚ ਜਾਂਦੀ ਹੈ ਜਾਂ ਮੰਡੀ 'ਚ ਜਾਂਦੀ ਹੈ, ਉੱਥੋਂ ਜਿਹੜਾ ਫਿਰ ਡੈਫੀਨੇਟਲੀ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਜਿਹੜਾ ਉਹ ਫੈਲ ਜਾਂਦਾ ਹੈ, ਠੀਕ ਹੈ। ਹੁਣ ਇਹਦੇ ਜੀਵਨ ਚੱਕਰ ਦਾ ਮਤਲਬ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਕੱਲਾ ਮਾਨਸਾ ਬਠਿੰਡਾ ਤੱਕ ਨਹੀਂ ਸੀਮਤ ਰਹੂਗਾ, ਜੇ ਇਹਦਾ ਇਲਾਜ ਨਾ ਹੋਇਆ ਤਾਂ ਇਹ ਦੂਰ ਦੂਰ ਤੱਕ ਮਾਰਕਾ। ਬਿਲਕੁਲ ਜੀ, ਮੈਂ ਤੁਹਾਨੂੰ ਦੱਸ ਰਿਹਾ, ਅਸੀਂ ਆਪਣੇ ਕਿਸਾਨਾਂ ਨੂੰ ਬਹੁਤ ਸੁਚੇਤ ਕਰ ਰਹੇ ਹਾਂ, ਸੁਚੇਤ ਇਹ ਕਰ ਰਹੇ ਹਾਂ ਕਿਉਂਕਿ ਅਸੀਂ ਜਿਹੜਾ ਫਰੀਦਕੋਟ, ਮੁਕਤਸਰ, ਜਿਹੜੇ ਹੋਰ ਕਾਟਨ ਵਾਲੇ ਏਰੀਏ ਨੇ, ਅਬੋਹਰ, ਠੀਕ ਹੈ, ਇੱਥੇ ਜਿਹੜਾ ਹੈ ਇੱਥੇ ਲੇਟ, ਕਿਉਂਕਿ ਕਾਟਨ ਵਿੱਚ ਮੋਸਟਲੀ 3 ਵਾਰੀ ਚੁਗਾਈ ਹੋ ਜਾਂਦੀ ਹੈ, ਪਹਿਲੀ ਚੋਣੀ, ਦੂਜੀ ਚੋਣੀ, ਤੀਜੀ। ਜਿਹੜੇ ਸਾਡੇ ਕਿਸਾਨ ਨੇ ਇਹਨਾਂ ਜ਼ਿਲ੍ਹਿਆਂ ਦੇ ਜਿਹੜੀ ਮੈਂ ਗੱਲ ਕੀਤੀ ਹੈ, ਇਹਨਾਂ ਨੇ ਅਖੀਰਲੀ ਚੋਣੀ 'ਚ ਜਿਹੜਾ ਹੈ ਗੁਲਾਬੀ ਸੁੰਡੀ ਦਾ ਹਮਲਾ ਦੇਖਿਆ। ਇਹ ਗੱਲ ਜਿਹੜੀ ਹੈ 2019 ਵਿੱਚ ਬਠਿੰਡੇ ਵਿੱਚ ਇਸ ਤਰ੍ਹਾਂ ਹੀ ਹੋਈ ਸੀ, ਬਠਿੰਡੇ ਵਿੱਚ ਅਖੀਰਲੀ ਚੋਣੀ 'ਚ ਮਿਲਿਆ ਸੀ, ਅਤੇ ਹੁਣ ਉੱਥੇ, ਹੁਣ ਅਸੀਂ ਉਹਨਾਂ ਨੂੰ ਬਿਲਕੁਲ
ਐਕਟੀਵੇਟ ਕਰ ਰਹੇ ਹਾਂ, ਸੁਚੇਤ ਕਰ ਰਹੇ ਹਾਂ ਕਿ ਹੁਣ ਸਾਨੂੰ ਖਦਸ਼ਾ ਹੈਗਾ ਕਿ ਤੁਹਾਨੂੰ ਇਹ ਜਿਹੜੀ ਸੁੰਡੀ ਹੈ ਇਹ ਇੱਥੇ ਆ ਜਾਣੀ ਹੈ। ਇਸ ਸੁੰਡੀ ਦਾ ਜਿਹੜਾ ਜੀਵਨ ਚੱਕਰ ਹੈ ਨਾ, ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਹਨੂੰ ਮੈਨੇਜ ਕਰਨਾ, ਇਹਦਾ ਕੰਟਰੋਲ ਕਰਨਾ ਬਹੁਤ ਸੌਖਾ ਹੈ। ਜੇ ਫਾਰਮਰ ਇਹਨੂੰ ਅੰਡਰਸਟੈਂਡ ਕਰੇ ਕਿ ਇਹਦਾ ਜੀਵਨ ਚੱਕਰ ਕਿੱਦਾਂ ਚੱਲਦਾ, ਇਹਦਾ ਦੋ ਟਾਈਪ ਦਾ ਜੀਵਨ ਚੱਕਰ ਹੈ। ਇੱਕ ਹੈਗਾ ਗਰਮੀ ਰੁੱਤ 'ਚ ਜਦੋਂ ਕੋਟਨ ਦੀ ਫਸਲ ਚੱਲਦੀ ਹੈ ਨਾ, ਉਹਦੇ ਵਿੱਚ ਇਹ ਲਗਭਗ ਮੈਂ ਤੁਹਾਨੂੰ ਦੱਸਿਆ ਨਾ, ਅੰਡਾ ਅੰਡੇ ਤੋਂ ਸੁੰਡੀ ਸੁੰਡੀ ਤੋਂ ਪਤੰਗ, ਇਹ ਇੱਕ ਮਹੀਨੇ 'ਚ ਕਵਰ ਕਰ ਦਿੰਦੀ ਹੈ, ਇੱਕ ਮਹੀਨੇ 'ਚ ਬਣ ਜਾਂਦਾ। ਜਦੋਂ ਇਹ ਬਣ ਗਿਆ, ਲੇਕਿਨ ਜਦੋਂ ਅਕਤੂਬਰ ਦਾ ਮਹੀਨਾ ਆਉਂਦਾ, ਜਦੋਂ ਠੰਡ ਆਉਂਦਾ, ਤੁਸੀਂ ਇਹ ਕਹੋਗੇ ਕਿ ਜਾਂਦੀ ਕਿੱਥੇ ਆ, ਨਰਮਾ 'ਤੇ ਹੁੰਦਾ ਨਹੀਂ, ਤੁਸੀਂ ਆਪ ਹੀ ਕਹਿ ਰਹੇ ਹੋ ਕਿ ਨਰਮੇ 'ਤੇ ਰਹਿਣ। ਇਹਨੇ ਅਕਤੂਬਰ ਦੇ ਮਹੀਨੇ ਜਦੋਂ ਠੰਡ ਪੈਣੀ ਸ਼ੁਰੂ ਹੋਈ, ਇਹਨੇ ਜਿਹੜੇ ਕੋਈ ਸੜੇ ਗਲੇ ਟਿੰਡੇ ਹੈਗੇ ਆ, ਕਿਉਂਕਿ ਜਦੋਂ ਆਪਾਂ ਚੁਗਾਈ ਕਰਦੇ ਹਾਂ, ਲਗਭਗ 7-8 ਹਜ਼ਾਰ ਜਿਹੜੇ ਆ ਬੂਟੇ ਆ ਉਹ ਇੱਕ ਕਿੱਲੇ 'ਚ ਹੁੰਦੇ ਆ ਨਰਮੇ ਦੇ। ਠੀਕ ਹੈ, 7-8 ਹਜ਼ਾਰ 'ਤੇ 3-4 ਇੱਕ ਟਿੰਡੇ ਹਰ ਇੱਕ ਜਿਹੜੇ ਬੋਲਸ ਆ ਹਰ ਇੱਕ ਬੂਟੇ 'ਤੇ ਰਹਿ ਜਾਂਦੇ ਆ, ਕਿ ਜਿਹੜੇ ਖੁੱਟਦੇ ਨਹੀਂ ਆ, ਜਿਹੜੇ ਖਿਲਦੇ ਨਹੀਂ ਆ। ਠੀਕ ਹੈ, ਤੁਸੀਂ ਮੰਨ ਕੇ ਚਲੋ ਜੇ 7 ਹਜ਼ਾਰ ਹੀ ਮੰਨੀਏ, 7 × 28 28 ਹਜ਼ਾਰ ਟਿੰਡੇ ਜਿਹੜੇ ਆ, ਜੇ 28 ਹਜ਼ਾਰ 'ਚੋਂ 14 ਹਜ਼ਾਰ ਹੀ, ਮੈਂ 14 ਨਹੀਂ ਕਹਿੰਦਾ ਅੱਧਾ, 7 ਹਜ਼ਾਰ ਹੀ, ਇਹਦਾ ਮਤਲਬ 7 ਹਜ਼ਾਰ ਸੁੰਡੀਆਂ ਕਿੱਥੇ ਬੈਠੀਆਂ ਨੇ ਉਹਨਾਂ ਟਿੰਡੇ 'ਚ। ਮੈਂ ਅਜੇ ਇੱਕ ਕਿੱਲੇ ਦੀ ਖਤਮ ਕਰਨ ਦੀ ਲੋੜ, ਮੈਂ ਇੱਕ ਕਿੱਲੇ ਦੀ ਗੱਲ ਕਰ ਰਿਹਾ, ਇੱਕ ਕਿੱਲੇ 7 ਹਜ਼ਾਰ ਸੁੰਡੀ, ਅੰਦਾਜ਼ਨ ਦੱਸ ਰਿਹਾ। ਠੀਕ ਹੈ, ਕੋਈ ਐਗਜੈਕਟ ਫਿਗਰ ਨਹੀਂ ਹੈਗੀ, ਬਟ ਇੰਨਾ ਕੁ ਜਿਹੜਾ ਹੈ, ਜੇ ਮੰਨ ਕੇ ਚੱਲੀਏ ਕਿ ਜੇ ਉਹਨਾਂ 'ਚ ਅਟੈਕ ਹੈਗਾ ਤਾਂ। ਹੁਣ ਤੁਸੀਂ ਇਹ ਮਨ ਕਿ ਆਪਣਾ ਚੋਰ ਕਿੱਥੇ ਬੈਠਾ ਆ ਉਹਨਾਂ ਟਿੰਡੇ, ਉਹ ਛਟੀਆਂ ਜਿਹੜੇ ਫਾਰਮਰ ਛਟੀਆਂ ਕੱਟਦੇ ਨੇ ਉਹ ਕਿੱਥੇ ਰੱਖਦੇ ਆ, ਜਾਂ ਤਾਂ ਖੇਤਾਂ 'ਚ ਰੱਖ ਦਿੰਦੇ ਆ ਜਾਂ ਆਪਣੇ ਪਿੰਡ 'ਚ ਲਿਆਉਂਦੇ। ਇਹਦਾ ਮਤਲਬ ਹੁਣ ਚੋਰ ਉੱਥੇ ਹੀ ਬੈਠਾ ਹੋਇਆ, ਆਪਾਂ ਚੋਰ ਨੂੰ ਆਪ ਹੀ ਉੱਥੇ ਸੰਭਾਲ ਕੇ ਰੱਖ ਰਹੇ ਹਾਂ। ਜੇ ਆਪਾਂ ਛਟੀਆਂ ਨੂੰ ਟਾਈਮ ਸਿਰ ਨਸ਼ਟ ਕਰ ਦਈਏ, ਨਸ਼ਟ ਕਦੋਂ ਕਰਨਾ, ਮਤਲਬ ਆਪਾਂ ਅਪ੍ਰੈਲ ਤੱਕ ਜਿਹੜਾ ਖਤਮ ਕਰ ਦਈਏ, ਕਿਉਂਕਿ ਅਪ੍ਰੈਲ ਤੋਂ ਬਾਅਦ, ਅਪ੍ਰੈਲ ਮਈ ਤੋਂ ਬਾਅਦ ਜਿਹੜੀ ਹੈ ਨਵੀਂ ਫਸਲ ਆ ਜਾਣੀ ਹੈ। ਜਦੋਂ ਨਵੀਂ ਫਸਲ 'ਤੇ ਫੁੱਲ ਬੋਗੀ ਟਿੰਡੇ ਬਣ, ਉਹ ਪਤੰਗੇ ਨੇ ਉੱਥੇ, ਮਤਲਬ ਆਪਾਂ ਸਾਈਕਲ ਨੂੰ ਤੋੜਨਾ, ਸਾਈਕਲ ਨੂੰ ਕਿੱਦਾਂ ਤੋੜਾਂਗੇ, ਛਟੀਆਂ ਨੂੰ ਜਿਹੜਾ ਖਤਮ ਕਰ ਦਈਏ। ਛਟੀਆਂ ਜੇ ਖਤਮ ਵੀ ਨਹੀਂ ਕਰਨੀਆਂ, ਉਹਨਾਂ 'ਤੇ ਜਿਹੜੇ ਟਿੰਡੇ ਲੱਗੇ ਆ, ਜਿਹੜੇ ਬੋਲਸ ਲੱਗੇ ਆ, ਉਹਨਾਂ ਨੂੰ ਝਾੜ ਦਈਏ, ਝਾੜ ਕੇ ਉਹਨਾਂ ਨੂੰ ਨਸ਼ਟ ਕਰ ਦਈਏ। ਜੇ ਉਹਨਾਂ ਨੂੰ ਨਸ਼ਟ ਕਰਦਾ, ਲਗਭਗ ਸਾਡੀ ਜਿਹੜੀ ਹੈ 60-70% ਸਮੱਸਿਆ ਉੱਥੇ ਹੀ ਖਤਮ ਹੋ ਜਾਣੀ ਹੈ ਇਹਦਾ ਜੀਵਨ 'ਚ। ਪਰ ਇਹਦਾ ਪੂਰਾ ਪੂਰਾ ਇਲਾਜ ਕੀ ਹੈ, ਪੂਰੀ ਤਕਨੀਕ ਕੀ ਹੈ, ਕਿ ਕਦੋਂ ਤੱਕ ਅਸੀਂ ਇਸ ਜਿਹੜਾ ਗੁਲਾਬੀ ਸੁੰਡੀ ਤੋਂ ਛੁਟਕਾਰਾ ਪਾ ਲਵਾਂਗੇ? ਦੇਖੋ ਜੀ, ਹਰ ਇੱਕ ਕੀੜੇ ਦਾ ਟਾਈਮ ਹੈ। ਠੀਕ ਹੈ, ਕੀੜਾ ਜਿਹੜਾ ਅਸੀਂ ਕੋਈ ਇੰਟਰਵੈਂਸ਼ਨ ਕਰਦੇ ਹਾਂ, ਅਸੀਂ ਕੋਈ ਤਕਨੀਕ ਲਿਆਉਂਦੇ ਹਾਂ, ਕੀੜਾ ਉਹਨੂੰ ਵੀ ਅਡੈਪਟ ਕਰਦਾ। ਜਿਸ ਤੁਹਾਨੂੰ ਦੱਸਿਆ ਕਿ ਬੀਟੀ ਨੂੰ ਕਰ ਲਿਆ ਅਡੈਪਟ। ਠੀਕ ਹੈ, ਯੂਨੀਵਰਸਿਟੀ ਨੇ ਸਿਫਾਰਿਸ਼ ਦਿੱਤੇ ਨੇ, ਕੁਝ ਕੈਮੀਕਲ ਹੈਗੇ ਆ, ਇਨਸੈਕਟੀਸਾਈਡ ਹੈਗੇ ਆ। ਗੱਲ ਇਹ ਹੈ ਕਿ ਫਾਰਮਰ ਨੂੰ ਸੁਚੇਤ ਹੋਣਾ ਪੈਣਾ ਪਹਿਲੇ ਤੋਂ ਹੀ। ਠੀਕ ਹੈ, ਮੋਸਟਲੀ ਕੀ ਹੁੰਦਾ ਕਿ ਕਈ ਵਾਰੀ ਫਾਰਮਰ ਬਿਜ਼ੀ ਹੋ ਜਾਂਦਾ ਝੋਨੇ 'ਚ, ਅਤੇ ਜਦੋਂ ਝੋਨੇ ਦੀ ਲਗਾਈ ਲਗੂਈ ਹੋ ਗਈ, ਝੋਨਾ ਲਵਾਈ ਹੋ ਗਿਆ, ਉਹ ਉੱਥੋਂ ਡਾਈਵਰਟ ਹੋ ਜਾਂਦਾ, ਉਹ ਨਰਮੇ ਵੱਲ ਜਾਂਦਾ ਨਹੀਂ ਹੈ। ਨਰਮੇ ਦਾ ਇਸ ਵਕਤ ਸਰਵੇਖਣ ਬਹੁਤ ਜ਼ਰੂਰੀ ਹੈ, ਆਪਣੀ ਫੀਲਡ ਵਿੱਚ ਮੋਨੀਟਰਿੰਗ ਕਰਨੀ ਬਹੁਤ ਜ਼ਰੂਰੀ ਹੈ, ਫੁੱਲਾਂ ਨੂੰ ਦੇਖਣਾ ਬਹੁਤ ਜ਼ਰੂਰੀ ਹੈ ਕਿ ਮੇਰੇ ਖੇਤ 'ਚ ਅਟੈਕ ਹੈਗਾ ਕਿ ਨਹੀਂ। ਜੇ ਅਟੈਕ ਹੈਗਾ ਤਾਂ ਯੂਨੀਵਰਸਿਟੀ ਨੇ ਐਡਵਾਈਜ਼ਰੀਆਂ ਜਿਹੜੀਆਂ ਨਾ, ਡਿਪਾਰਟਮੈਂਟ ਆਫ ਐਗਰੀਕਲਚਰ ਪੇਪਰਾਂ 'ਤੇ ਜਿਹੜੇ ਜਿਹੜੇ ਇਨਸੈਕਟੀਸਾਈਡ ਕਿਸ ਕਿਸ ਤਰੀਕੇ ਨਾਲ, ਕਿਹੜਾ ਕਿਹੜਾ ਇਨਸੈਕਟੀਸਾਈਡ, ਐਸੇ ਐਸੇ ਇਨਸੈਕਟੀਸਾਈਡ ਜਿਹੜੇ ਇੱਕੋ ਵਾਰੀ 'ਚ ਦੋ ਕੀੜਿਆਂ ਨੂੰ, ਚਿੱਟੀ ਮੱਛਰ ਨੂੰ ਵੀ ਕਰੂਗਾ, ਗੁਲਾਬੀ ਸੁੰਡੀ ਨੂੰ ਵੀ ਕਰੂਗਾ, ਭੂਰੀ ਜੂ ਨੂੰ ਵੀ ਕਰੂਗਾ, ਗੁਲਾਬੀ ਸੁੰਡੀ ਨੂੰ ਵੀ ਕਰੂਗਾ, ਮਤਲਬ ਇਹੋ ਜਿਹੇ ਕੀਟ ਜਿਹੜੇ, ਇਹੋ ਜਿਹੇ ਕੀਟਨਾਸ਼ਕਾਂ ਦੀ ਯੂਨੀਵਰਸਿਟੀ ਨੇ ਇੱਕ ਲਿਸਟ ਦਿੱਤੀ ਹੈ, ਡਿਪਾਰਟਮੈਂਟ ਹੈ, ਉਹ ਸਰਕੂਲੇਟ ਹੋਈ ਹੈ ਵਟਸਐਪ ਗਰੁੱਪ, ਜਿਹੜੇ ਵੀ ਯੂਨੀਵਰਸਿਟੀ ਦੇ ਕੰਟੈਕਟਸ ਨੇ, KVKs ਦੇ, ਉਹ ਹੋਇਆ। ਕਿਉਂਕਿ ਹੁਣ ਇਹ ਹੈ ਕਿ ਨਵੀਂ ਟੈਕਨੋਲੋਜੀ ਜਿਹੜੀ ਹੈ ਅਜੇ ਸਟਾਰਟ 'ਤੇ ਹੈ, ਇਹ ਨਹੀਂ ਕਹਿ ਸਕਦੀ ਕਿ ਨਵੀਂ ਟੈਕਨੋਲੋਜੀ ਸਾਰੇ ਦੇ ਸਾਰੇ ਫਾਰਮਰ ਐਤਕੀ ਅਡੋਪਟ ਹੋ ਜਾਣਗੇ। ਕੀ ਹੈ ਨਵੀਂ ਟੈਕਨੋਲੋਜੀ? ਜਿਹੜੀ ਨਵੀਂ ਟੈਕਨੋਲੋਜੀ ਜਿਹਨੂੰ ਹੈ, ਜਿਹਦੇ ਵਾਸਤੇ ਇਹਨਾਂ ਨੇ ਇੱਕ ਨਵੀਂ ਟੈਕਨੋਲੋਜੀ ਹੈ, ਇਹਨੂੰ ਕਹਿੰਦੇ ਆ ਜੀ ਮੀਟਿੰਗ ਡਿਸਰਪਸ਼ਨ। ਮੀਟਿੰਗ ਮੀਨਸ ਪ੍ਰਜਨਨ, ਪ੍ਰਜਨਨ ਵਿੱਚ ਵਿਘਨ, ਪ੍ਰਜਨਨ ਵਿੱਚ ਜਿਹੜਾ ਹੈਗਾ ਵਿਘਨ ਪਾਉਣਾ। ਇਹ ਪ੍ਰਜਨਨ ਵਿੱਚ ਵਿਘਨ ਸੰਭਵ ਇਸ ਤਰ੍ਹਾਂ ਹੈਗਾ, ਕਿਉਂਕਿ ਜਿਹੜੇ ਕੀੜੇ ਆ ਨਾ, ਖਾਸ ਕਰ ਗੁਲਾਬੀ ਸੁੰਡੀ ਹੋ ਗਿਆ ਜਾਂ ਹੋਰ ਵੀ ਜਿਹੜੇ ਕੁਛ ਇਸ ਫੈਮਿਲੀ ਦੇ ਕੀੜੇ ਨੇ, ਠੀਕ ਹੈ, ਇਹਨਾਂ ਵਿੱਚ ਕੀ ਹੁੰਦਾ ਕਿ ਇਹਨਾਂ ਵਿੱਚ ਜਿਹੜੀ ਨਰ ਅਤੇ ਮਾਦਾ ਦੀ ਭਾਲ ਹੈ ਨਾ, ਉਹ ਅੱਖਾਂ ਨਾਲ ਨਹੀਂ ਹੁੰਦੀ, ਕਿਸੇ ਵੀ ਕੀੜਿਆਂ ਵਿੱਚ ਜਿਹੜੀ ਹੈਗੀ ਹੈ ਅਰੋਮਾ ਨਾਲ, ਫੀਰਾਮੋਨ ਜਿਹਨੂੰ ਕਹਿੰਦੇ ਆ ਟੈਕਨੀਕਲ ਭਾਸ਼ਾ, ਦੈਟ ਇਜ਼ ਫੀਰਾਮੋਨ। ਹੁਣ ਜਿਹੜਾ ਗੁਲਾਬੀ ਸੁੰਡੀ ਦਾ ਫੀਨੋਮੈਨ ਹੈ, ਇਹ ਬੇਸਿਕਲੀ ਗੋਸਿਪ ਲਿਓਰ ਹੈ, ਜਿਹੜਾ ਟੈਕਨੀਕਲ ਨੇਮ ਹੈਗਾ ਇਹਦਾ। ਉਹ ਫੀਰਾਮੋਨ ਜਦੋਂ ਮਾਦਾ ਛੱਡੂਗੀ, ਨਰ ਨੇ ਉਹਦੇ ਪਿੱਛੇ ਜਾਣਾ, ਸੰਭੋਗ ਹੋਊਗਾ ਅਤੇ ਅੱਗੇ ਜਿਹੜੀ ਹੈਗੀ ਹੈ ਪੀੜ੍ਹੀ ਜਿਹੜੀ ਉਹ ਚੱਲੂਗੀ। ਹੁਣ ਕੀ ਹੈ, ਹੁਣ ਆਪਣਾ ਸਾਇੰਸ ਦੇ ਨਾਲ ਐਡਵਾਂਸਮੈਂਟ ਵਿੱਚ ਇਹ ਜਿਹੜਾ ਫੀਰਾਮੋਨ ਹੈ, ਇਹ ਅਸੀਂ ਲੈਬੋਰਟਰੀ ਵਿੱਚ, ਇਹ ਲੈਬੋਰਟਰੀ 'ਚ ਕੈਮੀਕਲੀ ਸਿੰਥਸਾਈਜ਼ ਹੋ ਰਿਹਾ, ਕੈਮੀਕਲੀ ਬਾਇਓਟੈਕਨੋਲੋਜੀ ਦੇ ਨਾਲ ਇਹਨੂੰ ਲਾਰਜ ਸਕੇਲ 'ਤੇ ਪ੍ਰੋਡਿਊਸ ਕਰ ਰਹੇ। ਉਸੇ ਫੀਰਾਮੋਨ ਨੂੰ ਇਹਨਾਂ ਨੇ ਇੱਕ ਪੇਸਟ ਨੁਮਾ ਫਾਰਮੂਲੇਸ਼ਨ 'ਚ ਪਾਇਆ, ਜਿੱਦਾਂ ਟੁੱਥਪੇਸਟ ਨਹੀਂ ਕਰਦੇ, ਬਿਲਕੁਲ ਉਹ ਪੇਸਟ ਵਿੱਚ ਉਹ ਫਾਰਮੂਲੇਸ਼ਨ ਪਾਤੀ। ਇਹ ਫਾਰਮੂਲੇਸ਼ਨ ਨੂੰ, ਪੇਸਟ ਨੂੰ ਆਪਾਂ 400 ਸਪੋਟ 'ਤੇ ਆਪਣੇ ਖੇਤ 'ਚ ਲਾ ਦਿੰਦੇ, ਇੱਕ ਕਿੱਲੇ 'ਚ। ਜਦੋਂ 400 ਬੂਟਿਆਂ 'ਤੇ ਲਾਤਾ, ਠੀਕ ਹੈ, ਥੋੜ੍ਹੇ ਥੋੜ੍ਹੇ ਗੈਪ ਆ, ਉਹ ਤਰੀਕਾ ਢੰਗ ਤਰੀਕਾ ਜਿਹੜਾ ਉਹ ਫਾਰਮਰਸ ਨੂੰ ਆਪਾਂ ਸਮਝਾਇਆ ਕਿ ਕਿਸ ਤਰ੍ਹਾਂ ਹੈਗਾ, ਲਗਭਗ ਮਤਲਬ 2x5 ਮੀਟਰ ਦਾ ਡਿਸਟੈਂਸ ਹੋਣਾ ਚਾਹੀਦਾ ਦੋ ਪੁਆਇੰਟਸ 'ਚ, ਠੀਕ ਹੈ। ਉਹ ਮੰਨ ਕੇ ਚਲੋ ਕਿ ਪਹਿਲਾਂ ਜਦੋਂ ਇੱਕ ਸਿਆੜ ਲੈਂਦੇ ਆ, ਉਹਦੇ ਵਿੱਚ
तीन कदमां ते इधर पासे दो या तीन सियाड़ छड़ के उस तो बाद फिर इनू सिरे सर लगाना है। इहदे नाल जिहड़ा किले विच इक ट्यूब लगदी 125 ग्राम दी ट्यूब है उहदे नाल की होगा इहदा रेट जिहड़ा कंपनी 1449 रुपए दस रही सी ठीक है एक ट्यूब दा जिहड़ा हैगा एक ट्यूब एक किले लई एक हां एक ट्यूब जिहड़ी एक किले विच बट इहदे की इहदा इहदा हैगा क्रिमेट है क्रिमेट PBW कुछ कह रहे सी हाँ मतलब ये जी है ये बेसिकली स्लो रिलीज है इन्हें जो असं वो स्पॉट लगाता इन्ना ही लगाना है जिन्ना काबली चना होंगे ना काबली चने के दाने इन्ना ही लाना है लाना कितने है पत्ते ते तने की गंढ विच लगा देना है बस वो पेस्ट नू लगा देना उत्ते जो पेस्ट उत्ते लग गया तो वो की होगा कि वो मादा की जी खुशबू निकल वो ਤੁਹਾਡਾ ਹੁਣ ਜਿੱਥੇ 400 ਸਪੌਟ ਤੇ ਲਾਇਆ ਬੇਸਿਕਲੀ ਜੋ ਨਰ ਆਇਆ ਉਹਨੂੰ ਕਨਫਿਊਜ਼ ਕਰਨਾ ਬਿਲਕੁਲ ਜੀ ਇਹਨੂੰ ਕਹਿੰਦੇ ਆ ਆਟੋ ਕਨਫਿਊਜ਼ਨ ਆਟੋ ਕਨਫਿਊਜ਼ਨ ਹੀ ਹੈ ਇਹਦੇ ਵਿੱਚ ਇਹ ਵੀ ਹੈ ਕਿ ਜੇ ਨਰ ਦੇ ਬੋਡੀ 'ਤੇ ਇਹ ਡਾਕਟਰ ਸ਼੍ਰੀ ਨਿਵਾਸ ਆ ਜੀ ਉਹਨਾਂ ਦੀ ਰਿਸਰਚ ਇਹਦੇ 'ਤੇ ਚੱਲ ਰਹੀ ਸੀ ਉਹ ਕਹਿੰਦੇ ਸੀ ਜੇ ਨਰ ਦੀ ਬੋਡੀ 'ਤੇ ਆ ਲੱਗ ਜਾਏ ਜਦੋਂ ਗਿੱਲਾ ਹੁੰਦਾ ਹੈ ਅਤੇ ਉਹਨੂੰ ਵੀ ਉਹਦੇ ਪਿੱਛੇ ਜਿਹੜੇ ਬਾਕੀ ਨਰ ਨੇ ਉਹ ਪਿੱਛੇ ਚੱਲ ਜਾਏ ਉਹ ਕਿਉਂਕਿ ਉਹਨੂੰ ਲੱਗਦਾ ਹੈ ਕਿ ਆਟੋ ਕਨਫਿਊਜ਼ਨ ਕਹਿੰਦੇ ਇਹਨੂੰ ਉਹਨੂੰ ਲੱਗਦਾ ਹੈ ਮਾਦਾ ਹੈ ਅਤੇ ਦੋ ਚੀਜ਼ਾਂ ਹੋ ਗਈਆਂ ਇੱਕ ਤਾਂ ਹੋ ਗਿਆ ਮੇਟਿੰਗ ਡਿਸਰਪਸ਼ਨ ਕਿਉਂਕਿ ਜਿਹੜੀ ਅਸਲ ਮਾਦਾ ਦੀ ਗੰਧ ਹੈ ਉਹ ਮਾਸਕ ਹੋ ਜਾਂਦੀ ਹੈ ਦੱਬ ਜਾਂਦੀ ਹੈ ਉਹ ਅਸਲ ਮਾਦਾ ਦੀ ਜਿਹੜੀ ਭਾਲ ਹੈ ਉਹ ਕਰ ਨਹੀਂ ਪਾਉਂਦਾ ਅਤੇ ਜਿਹਦੇ ਕਰਕੇ ਕੀ ਹੈ ਕਿ ਉਹ ਜਿਹੜਾ ਹੈ ਉਹ ਪ੍ਰਜਨਨ ਨਹੀਂ ਹੋਊਗਾ ਅੱਗੇ ਦੀ ਬਟ ਇਹਦਾ ਇੱਕੋ ਹੀ ਗੱਲ ਹੈ ਕਿ ਸਹੀ ਟਾਈਮ 'ਤੇ ਸਹੀ ਟਾਈਮ ਕੀ ਹੈ ਜਦੋਂ ਹੀ ਕਿਸਾਨ ਨੂੰ ਲੱਗਦਾ ਹੈ ਕਿ ਉਹਦੇ ਖੇਤ 'ਚ ਬੋਗੀ ਬਣਨੀ ਸ਼ੁਰੂ ਹੋ ਗਈ ਇਨੀਸ਼ੀਅਲ ਮਤਲਬ ਬੋਗੀ ਮੀਨ ਜਿਹੜਾ ਟਿੰਡਾ ਜਿੱਥੇ ਫੁੱਲ ਲੱਗਦਾ ਨਾ ਉਹ ਜਦੋਂ ਸ਼ੁਰੂ ਹੋ ਗਈ ਲੱਗਣੀ ਉਸ ਟਾਈਮ 'ਤੇ ਇਹਦੀ ਐਪਲੀਕੇਸ਼ਨ ਕਰਨੀ ਹੈ ਮਤਲਬ ਉਹ ਬਣ ਜਾਂਦਾ 45 to 50 ਡੇਜ਼ 45 to 55 ਇਹਨੂੰ ਆਪਾਂ ਇੱਕ ਪੱਕਾ ਇਲਾਜ ਨਹੀਂ ਕਹਿ ਸਕਦੇ ਇਹਨੂੰ ਆਪਾਂ ਇਹ ਕਹਿ ਸਕਦੇ ਕਿ ਰੋਕਣ ਦਾ ਤਰੀਕਾ ਹੈ ਨਹੀਂ ਦੇਖੋ ਪੱਕਾ ਇਲਾਜ ਜੇ ਲਾਰਜ ਸਕੇਲ 'ਤੇ ਲੱਗੂਗੀ ਇਲਾਜ ਦਊਗੀ ਡੈਫੀਨੇਟਲੀ ਇਲਾਜ ਦਊਗੀ ਹੁਣ ਮੈਂ ਤੁਹਾਨੂੰ ਦੱਸ ਰਿਹਾ ਯੂਨੀਵਰਸਿਟੀ ਨੇ ਆਪਾਂ ਕਹਿੰਦਾ ਮਤਲਬ ਪੱਕਾ ਇਲਾਜ ਇਹ ਨਹੀਂ ਕਿ ਇਹਦੇ ਨਾਲ ਸੁੰਡੀ ਖਤਮ ਹੋ ਜੂਗੀ ਇਹਦਾ ਇਹ ਹੈ ਕਿ ਤੁਸੀਂ ਇਹਨੂੰ ਜੇ ਸਹੀ ਤਰੀਕੇ ਦੇ ਨਾਲ ਇਹਨੂੰ ਅਪਣਾਇਆ ਜਾਵੇ ਅਤੇ ਇੱਕ ਲਾਰਜ ਸਕੇਲ 'ਤੇ ਮਾਸ ਪੂਰੀ ਅਪਣਾਵੇ ਤਾਂ ਕਿਤੇ ਜਾ ਕੇ ਜਿਹੜੀ ਇਸ ਤੋਂ ਸੁੰਡੀ ਤੋਂ ਛੁਟਕਾਰਾ ਪਾਏ ਡੈਫੀਨੇਟਲੀ ਕਿਉਂਕਿ ਇਹਦਾ ਇੱਕ ਇਹੀ ਹੈ ਜਦੋਂ ਲਾਰਜ ਸਕੇਲ ਹੋਊਗਾ ਮੈਂ ਮੰਨ ਕੇ ਚੱਲਾਂ ਤੁਸੀਂ ਮੈਂ ਕਿੱਲੇ 'ਚ ਲਾਤਾ ਮੇਰੇ ਨਾਲ ਜਿਹੜੇ ਹੈਗੇ ਆ 10 ਕਿੱਲੇ ਨਰਮੇ ਦੇ ਲੱਗੇ ਹੋਏ ਆ ਉਹਨਾਂ ਨੇ ਨਹੀਂ ਲਗਾਇਆ ਅਤੇ ਉੱਥੋਂ ਜਿਹੜੀ ਮਾਦਾ ਹੈ ਉਹ ਪ੍ਰਜਨਨ ਕਰਕੇ ਇਹ ਇੱਕ ਕਿੱਲੇ ਨੂੰ ਵੀ ਡੈਮੇਜ ਕਰੋ ਅਜਿਹਾ ਤਰੀਕਾ ਨਹੀਂ ਹਾਲੇ ਤੱਕ ਖੋਜ ਕਰ ਪਾਏ ਵਿਗਿਆਨੀ ਜਾਂ ਤੁਸੀਂ ਲੋਕ ਕਿ ਜਿਹੜਾ ਇਹ ਸੁੰਡੀ ਨੂੰ ਮਾਰੇ ਹੀ ਜਾਵੇ ਜਾਂ ਜਿਸ ਤਰੀਕੇ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਬੀਟੀ ਜਿਹੜੀ ਜ਼ਹਿਰ ਸੀਗੀ ਉਹ ਕੰਮ ਕਰਦੀ ਸੀ ਕੋਈ ਅਜਿਹੀ ਹੋਰ ਚੀਜ਼ ਨਹੀਂ ਆਈ ਦੇਖੋ ਇਹਦੇ 'ਤੇ ਕਈ ਕਿਸਾਨਾਂ ਵਿੱਚ ਤੁਸੀਂ ਬਹੁਤ ਵਧੀਆ ਸਵਾਲ ਹੈ ਇੱਕ ਮੈਸੇਜ ਵੀ ਜਾਣਾ ਚਾਹੀਦਾ ਕਈ ਕਿਸਾਨ ਸਾਡੇ ਸੋਚਦੇ ਆ ਕਿ ਗੁਜਰਾਤ ਤੋਂ ਨਾ ਬੀਜ ਲਿਆ ਰਹੇ ਆ ਗੁਜਰਾਤ ਤੋਂ ਉਹਨੂੰ BG4 BG5 4G 5G ਇੱਦਾਂ ਨਾਂ ਦੇ ਰਹੇ ਆ ਕਿਉਂਕਿ ਪਹਿਲਾਂ BG2 ਆ ਰਿਹਾ ਸੀ ਜਿਹਦੇ 2 ਜੀਨ ਸੀਗੇ ਉਹਨਾਂ ਨੂੰ ਇਹ ਲੱਗਦਾ ਉਹਨਾਂ ਨੂੰ ਇਹ ਦੱਸਿਆ ਜਾ ਰਿਹਾ ਕਿ ਇਹਦੇ ਵਿੱਚ ਜਿਹੜਾ ਗੁਲਾਬੀ ਸੁੰਡੀ ਨੂੰ ਟਾਕਰਾ ਕਰਨ ਦੀ ਸਮਰੱਥਾ ਹੈਗੀ ਹੈ ਲੇਕਿਨ ਅਜੇ ਵਰਲਡ ਓਵਰ ਇਹੋ ਜਿਹਾ ਕੋਈ ਵੀ ਟੈਕਨੋਲੋਜੀ ਨਹੀਂ ਹੈ ਦੇਖੋ ਹਰ ਇੱਕ ਟੈਕਨੋਲੋਜੀ ਨੂੰ ਪੈਦਾ ਕਰਨ ਵਾਸਤੇ ਕਾਫੀ ਟਾਈਮ ਲੱਗ ਜਾਂਦਾ ਹੈ ਰਿਸਰਚ ਜ਼ਰੂਰ ਚੱਲ ਰਹੀ ਹੈ ਬਟ ਅਜੇ ਆਉਣ ਵਾਲੇ 3-4 ਸਾਲਾਂ ਵਿੱਚ ਇਹੋ ਜਿਹੀ ਕੋਈ ਟੈਕਨੋਲੋਜੀ ਨਹੀਂ ਹੈ ਜਿਹੜੀ ਕਿ ਸਾਡੇ ਕੋਲ ਇਹੀ ਸੋਲੂਸ਼ਨਸ ਨੇ ਸਾਡੇ ਕੋਲ ਕੀਟਨਾਸ਼ਕ ਹੈਗੇ ਆ ਜਾਂ ਸਾਡੇ ਕੋਲ ਜਿਹੜੀਆਂ ਮੀਟਿੰਗ ਡਿਸਰਪਸ਼ਨ ਟੈਕਨੋਲੋਜੀ ਦੱਸੋ ਕਿ ਇਹ ਜਿਹੜੀ ਤੁਹਾਡੀ ਇਸ ਦਾ ਤੁਸੀਂ ਨਾਮ ਮੈਂ ਭੁੱਲ ਚੁੱਕਿਆ ਕਿ ਕ੍ਰੈਮਿਟ ਇਹ ਕਿੰਨੇ ਟਾਈਮ ਦੇ ਵਿੱਚ ਤਿਆਰ ਹੋਈ ਹੈ ਕਿ ਇਹ ਪ੍ਰਾਈਵੇਟ ਕੰਪਨੀ ਵੱਲੋਂ ਤਿਆਰ ਕੀਤੀ ਗਈ ਹੈ ਜਾਂ ਇਹ ਸਰਕਾਰੀ ਹੈ PAU ਵੱਲੋਂ ਤਿਆਰ ਕੀਤੀ ਗਈ ਹੈ ਇਹਦੇ ਬਾਰੇ ਜ਼ਰੂਰ ਇਹ ਜਿਹੜੀ ਹੈਗੀ ਹੈ ATGC ਕੰਪਨੀ ਹੈ ਹਾਂਜੀ ਪ੍ਰਾਈਵੇਟ ਕੰਪਨੀ ਹੈ ਜਿਨ੍ਹਾਂ ਨੇ ਇਹ ਫਾਰਮੂਲੇਸ਼ਨ ਤਿਆਰ ਕੀਤੀ ਹੈ ਫਾਰਮੂਲੇਸ਼ਨ ਹਰ ਇੱਕ ਇਹਦਾ ਰੋਲ ਹੁੰਦਾ ਹੈ ਕਿ ਉਹ ਜਦੋਂ ਫਾਰਮੂਲੇਸ਼ਨ ਤਿਆਰ ਕਰਦੇ ਹੋ ਫਿਰ ਯੂਨੀਵਰਸਿਟੀ ਕੋਲ ਇਹਦੀ ਟੈਸਟਿੰਗ ਵਾਸਤੇ ਆਉਂਦੇ ਅਸੀਂ ਇਹਨਾਂ ਨੂੰ ਆਪਣੇ ਰਿਸਰਚ ਟ੍ਰਾਇਲਸ ਜਿਹੜੇ ਹੈਗੇ 2 ਸਾਲ ਕੀਤੇ ਆ 19-20-21 'ਚ ਅਸੀਂ ਇਹ ਟ੍ਰਾਇਲ ਕੀਤੇ ਆ ਉਹ ਟ੍ਰਾਇਲ ਕਰਨ ਤੋਂ ਬਾਅਦ ਇਹਨਾਂ ਦੀ ਜਿਹੜੀ ਇਹ ਜਿਹੜੀ ਪੈਦਾਵਾਰ ਹੈ ਇਹ ਉਸ ਕੰਪਨੀ ਦੀ ਹੈ ਉਸ ਤੋਂ ਬਾਅਦ ਯੂਨੀਵਰਸਿਟੀ ਨੇ ਇਸ 'ਤੇ ਰਿਸਰਚ ਕੀਤੀ ਹੈ ਜਾਂ ਇਸ 'ਤੇ ਟੈਸਟ ਕੀਤਾ ਇਹਨੂੰ ਟੈਸਟਿੰਗ ਕੀਤੀ ਹੈ ਇਹਨੂੰ ਟੈਸਟਿੰਗ ਕੀਤਾ ਕਿ ਵਾਕਈ ਇਹ ਕਾਰਗਰ ਹੈਗੀ ਨਹੀਂ ਕਿਉਂਕਿ ਆਪਣੀ ਤਰੀਕਾ ਰਹਿੰਦਾ ਉਹਦਾ ਤਰੀਕਾ ਰਹਿੰਦਾ ਕਿ ਅਸੀਂ ਜਿਹੜੇ ਹੈਗੇ ਆ 25-25-30 ਕਿੱਲੇ ਦੇ ਜਿਹੜੇ ਆਪਣੇ ਫਾਰਮ ਹੈਗੇ ਆ ਉਹਨਾਂ 'ਤੇ ਅਸੀਂ ਇਹਨੂੰ ਟੈਸਟ ਕਰਦੇ ਹਾਂ ਪ੍ਰੋਪਰ ਤਰੀਕਾ ਟੈਸਟ ਹੁੰਦਾ ਅਸੀਂ ਉਹਦੇ 'ਚ ਕੰਟਰੋਲ ਵੀ ਦੇਖਦੇ ਹਾਂ ਜਿੱਥੇ ਨਹੀਂ ਇਹ ਟ੍ਰੀਟਮੈਂਟ ਕੀਤਾ ਫਿਰ ਉਹਦੇ ਮਾਪਦੰਡ ਨੇ ਕੁਝ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਅਸੀਂ ਦੇਖਦੇ ਹਾਂ ਕਿ ਫੁੱਲਾਂ ਦਾ ਕਿੰਨਾ ਨੁਕਸਾਨ ਹੈ ਜਿੱਥੇ ਅਸੀਂ ਕੀਤਾ ਹੈ ਜਿੱਥੇ ਨਹੀਂ ਕੀਤਾ ਉੱਥੇ ਕਿੰਨਾ ਟਿੰਡਿਆਂ ਦਾ ਕਿੰਨਾ ਨੁਕਸਾਨ ਹੈ ਝਾੜ ਦਾ ਓਵਰਆਲ ਕਿੰਨਾ ਨੁਕਸਾਨ ਹੈ ਉਹ ਮਾਪਦੰਡ ਨੇ ਉਹਦੇ ਬੇਸਿਸ 'ਤੇ ਅਸੀਂ ਫਿਰ ਇਹਨੂੰ ਇੱਕ ਅਡਹੋਕ ਰਿਕਮੈਂਡੇਸ਼ਨ ਆਰਜੀ ਤੌਰ 'ਤੇ ਅਸੀਂ ਇੱਕ ਰਿਕਮੈਂਡੇਸ਼ਨ ਜਿਹੜੀ PAU ਦੀ ਸੋਹਣੀ ਦੀ ਕਿਤਾਬ ਹੈ ਜਿਹਦੇ 'ਚ ਹਰ ਇੱਕ ਫਸਲ ਦੀ ਜਿਹੜੀ ਹੈਗੀ ਹੈ ਕੋਈ ਵੀ ਜਿਹੜੀ ਐਕਟੀਵਿਟੀ ਹੈ ਹਰ ਇੱਕ ਫਸਲ ਦੀ ਜਿਹੜੀ ਕਲਟੀਵੇਸ਼ਨ ਹੈ ਉਹਦੇ ਬਾਰੇ ਜੋ ਦੱਸਿਆ ਹੋਇਆ ਉਸ ਕਿਤਾਬ 'ਚ ਇਹਨੂੰ ਪਾਇਆ ਜਾਂਦਾ ਹੈ ਬਟ ਉਸ ਤੋਂ ਬਾਅਦ ਇੱਕ ਹੋਰ ਨਾਲ ਹੈ ਆਰਜੀ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਅਜੇ ਇਹ ਜਿਹੜੀ ਹੈਗੀ ਹੈ ਅਡੈਪਟਿਵ ਟ੍ਰਾਇਲ ਅਸੀਂ PAU ਦਾ ਇੱਕ ਪ੍ਰੋਟੋਕਾਲ ਹੈ ਕਿ ਇੱਕ ਵਾਰੀ ਆਪਾਂ ਆਪਣੇ ਰਿਸਰਚ ਟ੍ਰਾਇਲਾਂ ਤੋਂ ਬਾਅਦ ਫਾਰਮਰ ਫੀਲਡ 'ਤੇ ਲਾਰਜ ਸਕੇਲ ਟ੍ਰਾਇਲਸ ਬਹੁਤ ਲਗਾਉਣੇ ਜ਼ਰੂਰੀ ਹੈ ਉਹ ਲਾਰਜ ਸਕੇਲ ਟ੍ਰਸੀ ਅਸੀਂ 4000 ਕਿੱਲਿਆਂ 'ਤੇ
एडे वे जो ट्रायल्स है इन्होंने कंपनी ने सूँ वास्ते जो मतलब कि तुम ये मन के चलो जो 4000 ही एक किले का खर्चा है तो 4000 तो 400 लगभग 1 करोड़ का इनवैसटमेंट जोड़ा है उस तरीके टैसट कर रहे हैं जोड़ा है फार्मर फील्ड से असं फ्री ऑफ कॉस्ट डेमोस्ट्रेट कर रहे हैं। जे फार्मर क्योंकि जो बी टी है तुम जिदा क्या बी टी टेक्नोलॉजी जी जे कारगर सी तो फार्मर ने उन्होंने 15-20 साल जो चलाई रखे ठीक है अजे भी चल रही है तो बी टी की जरूरत है बी टी क्योंकि दो सूडियाँ क्योंकि देखो ये स्पैसीफिक हैगी है इस सूडी खाली गुलाबी सूडी वास्ते है ये टेक्नोलॉजी जी हैगी है क्योंकि आ जी फिरमोन है ये खाली गुलाबी सूडी के जो नर... फिर डॉक्टर साहब इतने भी पैदा होंगे कि किसान ना बी टी छड पाया तो ना उन्होंने एक होर जो खर्चा है वह वध गया इस मार तो बचने के लिए कि आने वाले समय के ये भी हो सकता है कि ये तिने जे कीड़िया एक कोई दवाई जेडे खत्म कर सके नहीं देखो एक दवाई का मतलब ये कीटनाशक ही है अजे तक तो जिस तरह ब योजना टैक्नोलॉजीज तुम ये कहो योजना टैक्नोलॉ या कोई बी टी कोई नवा बी टी आजगा वह कर सकता है लेकिन योजना टैक्नोलॉजीज जीडिया ना एक कीड़े मतलब आप मल्टीपल कीड़िया वास्ते नहीं चल सकती क्योंकि यह फिरमोन है मैं तुम्हें कहना बड़ा ही स्पैसीफिक है यदा सब तो बड़ा एडवांटेज है जो दूसरी सूडी है वो फिरमोन अलग होंगे बिल्कुल बिल्कुल हर एक फिरमोन जो अग होगा ता ही तो इनू ईको फ्रेंडली कहें एक ईको फ्रेंडली ग्रीन कमिस्ट्री मतलब पेस्टिसाइड फ्री अपने सब तो वड्डी प्रॉब्लम की है पेस्टिसाइड्स इन्नी ज़्यादा यूज हो रही है उहदे नाल बड़ी ज़्यादा कोई नुकसान नहीं है बहुत नुकसान नहीं है कोई नुकसान नहीं है ये बिल्कुल सेफ टेक्नोलॉजी है बिल्कुल खाली तो खाली गुलाबी सूंडी से मार करती है होर एदा कोई साइड इफेक्ट नहीं है कोई गंद नहीं है कोई पेस्टिसाइड नहीं है कोई रेजिड्यूज नहीं हैगी है इजी टू यूज भी है बिल्कुल ईजी टू यूज है क्योंकि मेन प्रॉब्लम साढ़े फूड फूड एंड फीड की हैगी है रेजिड्यूज अजक आप कहें बाजार जो कहें यार ये स्प्रे तो नहीं किया यार भिंडी से स्प्रे तो नहीं किया ठीक है हाँ मतलब यह है कि स्प्रे वाली नहीं है ये कोई योजी टेक्नोलॉजी बड़ी सेफ हैगी है अब हूँ क्योंकि अगे अगे आने वाले टाइम से जी डिमांड हैगा वह हैगी पेस्टिसाइड फ्री प्रोडक्ट्स एग्रीकल्चर प्रोजेक्ट्स की तो वास्ते जी टेक्नोलॉजी जी बिल्कुल ढुकवी हैगी है तो ये टेक्नोलॉजी जी है अपने जो हूँ 4500 किलों लगी हुई है वो तो यह फार्मर प्रमाणित हो जाएगा कि ये टेक्नोलॉजी इस वाल थोड़ी रिसर्च की कहती है कि जे किसान इस लैके अवेयर हो जाता तो जिस तरीके जाने हो उस तरीके किसान इस नवी टेक्नीक अपना लेंद तो आने वाले किन्ने समय तक जोड़ा ये गुलाबी सूंडी तो छुटकारा मिले देखो जी हर एक टेक्नोलॉजी की एक लिमिटेशन है ठीक है मैं नहीं कह सकता कि इन्ने टाइम बाद गुलाबी सूंडी बट यह है कि जदों जदों अवेयरनैस वधूगी ना क्योंकि साढ़े एक्सपीरियंसिस है आप अपना पिछला पिछोकड़ दे दिए 1919 के दशक में चले जाओ फिर 2005 गुल मैं तुम्हें दस मिली बाग 2006 मिली बाग की समस्या देख लो वो सारिया समस्या जीडिया विद टाइम जो हल हो गई हैं क्योंकि फार्मर जो यूनिवर्सिटी जुड़िया ठीक है यूनिवर्सिटी की रिकमेंडेशन जुड़िया ये क्योंकि पब्लिक प्राइवेट जी बेसिकली पार्टनरशिप हैगी है उन्होंने नाल जी है उस तरीके जोड़ा कंट्रोल जोड़ा है वो किया गया है तो ये कंट्रोल हो जूगा ऐसी गल नहीं है कि कंट्रोल हर एक वास्ते कुछ ना कुछ जो ऑप्शन है वो निकल आदि दिखा सकते आप बिल्कुल जी हैगी बिस्कुट ट्यूब हैगी है ये ट्यूब जोड़ा है पेस्ट है ये पेस्ट जोड़ा है वो किसान जोड़ा है अपने खेत में 400 स्पॉट्स से 400 स्पॉट्स हाँ 400 स्पॉट्स से लगा के इस चीज़ को लेकर क्योंकि नवी टेक्नीक है बहुत सारे किसानों के बड़े सवाल भी होने ने गे बड़िया इनकुआरीज हो बड़े जो क्वेश्चन हो गए वो किस तरीके दे नाल जी अपनी सवाल ने थोड़े तो पूछ सकते हैं कि कोई नंबर है कोई इतने या कोई सेंटर बने हुए हैं बिल्कुल जी देखो साडे यूनिवर्सिटी का हर एक जिले च यूनिवर्सिटी का महकमे का हर एक सेंटर हैगा केवी केज ने कृषि विज्ञान केंद्र ने जितों फार्मर टैक्नीकल नॉलेज रिसर्च स्टेशन तो मतलब नॉलेज हर जगह तो मिल सकती है नॉलेज साढ़े तो असी मैं तुम्हें कह रहा असी इन्नी लार्ज स्केल डेमोस्ट्रेशन जिद कि लगभग साढ़े को मैं लगता 1000-1500 फार्मर जोड़े है असी उन्होंने फार्म्स से इस टैक्नोलॉजी डेमोस्ट्रेट कर रहे हैं तो वह भी एक मैसेज ही है क्योंकि फार्मर और फार्मर जुड़िया हुआ है डेफिनेटली जे एट द एंड ऑफ द डे जो आप सितंबर अक्टूबर से जो इस टैक्नोलॉजी के रिजल्ट आएंगे तो PAUA की जी पक्की रिकमेंडेशन लैके आऊगा जे टैक्नोलॉजी फार्मर के फील्ड कारगर होगी ठीक है सो समा देने लिए बहुत बहुत धन्यवाद जरूर ये जी कन्वर्सेशन है ये नरमे के किसानों के लिए लाहेवंद होगी जो थोड़े सवाल ने तुसी सानू नीचे तो कमेंट बॉक्स के करके जरूर भेज सकते हो असी एक्सपर्ट्स तक थोड़े सवाल भेजेंगे तो मुड़ के दोबारा तो इन्हों कोई अजिहा सैशन रखांगे कि जो थोड़े सवालों के जवाब थोड़े तक पहुँच सकन कैमरामैन रमनीत के नाल मैं शशव नागरा चंडीगढ़।